Yeah.
नहीं मेरा जैसे ही दूसरे मिनट मौके मामू जी दोबारा गुड्डियां डाएगा बस करो बेटा चुगलियां नहीं लांदे ओ गेड़ा सब मां पर मामा के मन बात सुननी है नवे भर्ती सारे नु वही बोलता ना सेक्टर से आ गया बेटा छेद छे हुन आस्ता-आस्ता करके एक-एक करके आ गया चलो भला आया सारी आए दो मुंडे भरी के नहीं तीन मामू ये किस तरह करी थी कैसे करी थी ये है? क्यों आप नहीं करते ये वाली गेम यार ये निकलती क्यों नहीं है मैं आगे जाकर ब्रेक मारता कभी कभी ब्रेक मार और मेरे पास आइड गया है ਮਿਸ਼ਨ ਨੂੰ ਪਤਾ ਲੱਗ ਗਿਆ ਵੱਡੇ ਵੱਡੇ ਉਹ ਠੇਕੇਦਾਰ ਵਾਕਈ ਨਹੀਂ ਹੋਇਆ ਉਹ ਠੇਕੇਦਾਰ ਨੇ ਨਾ ਠੇਕੇਦਾਰ ਨੇ ਮੁਸਲਮਾਨ ਨੂੰ ਮੰਨ ਲੈ ਤੇ ਇਹ ਕਹੀਏ ਮੈਂ ਤਾਂ ਸਭ ਕੇ ਲਿਖ ਮੁਸਲਮਾਨ ਮੈਂ ਤਾਂ ਠੇਕੇਦਾਰ ਸਿਰਫ ਇਹ ਬਾਬਾ ਜੀ ਨੇ ਸਾਡੇ ਨਾਲ ਹੋਰ ਕੋਈ ਆਲਮ ਨਹੀਂ ਹੈਗਾ ਆਪ ਸੱਲੱਲਾਹੁ ਤਾਲਾ ਸਲਮ ਦੀ ਐਸੀ ਐਸੀ ਮਾਜ਼ਰਲਾ ਗੁਸਤਾਖੀਆਂ ਹੁੰਦੀਆਂ ਰਹੀਆਂ ਫਿਲਮਾਂ ਖਾ ਕੇ ਬੰਦ ਰਿਹਾ ਤਾਰੀ ਜਮੀਲਾ ਹੈ ਜਿਹੜਾ ਇਸਲਾਮ ਅਮਲ ਹੈ ਯੂਟਿਊਬ 'ਚ ਮੇਰਾ ਇੰਨੇ ਵੀਊ ਇਹਨੇ ਵੀਊ ਹੋ ਗਏ ਮੇਰੇ ਹੁਣ ਲੈ ਯੂਟਿਊਬ ਨੂੰ ਨਾਮ ਭੇਜਿਆ ਇਹਦੇ ਕਰੋੜ ਮਿਲਦੇ ਆ ਯੂਟਿਊਬ ਵਾਲੇ ਇੰਨੇ ਲੱਖ ਮਿਲਦਾ ਸ਼ੁਰੂ ਹੋ ਗਿਆ ਬਾਬਾ ਜੀ ਨੇ ਜਿਹੜਾ ਫਤਿਹ ਨੂਰ ਦਾ ਮਿਸ਼ਨ ਲੈ ਕੇ ਚੱਲ ਰਹੇ ਅਲਹਮਦੁਲਿਲਾ ਨਿਕਲ ਜਾਵੇ ਨਿਕਲ ਜਾ ਵਿੱਚ ਐਡ ਆਉਂਦੇ ਨੇ ਖਵਾਤੀਨ ਆਨ ਮੀ ਐਡ ਆ ਤੇ ਡਲ ਸਾ ਮੇਰੇ ਮੰਨੀ ਚਾਹੀਦੀ ਵੀ ਕੋਈ ਨਹੀਂ ਹੋ ਰਹੀ ਬਦਲੇ ਉਹ ਆਪਣੀ ਜਗ੍ਹਾ ਤੇ ਜਿਹੜਾ ਖਿਦਮਤ ਕਰ ਰਹੇ ਮਾਸ਼ਾਅੱਲਾ ਜੀ ਇਹ ਜੀ ਗੱਲ ਹੈ ਸੱਚੇ ਬਾਬਾ ਬਾਬਾ
ਲਾਂਬਾ ਬਹੁਤ ਖਰਾਬ ਲੱਗਿਆ ਤੋ ਲਾਂਬਾ ਖਰਨ ਸਾਰੀ ਲਈ ਸਾਹਿਬ ਟੈਂਡ ਦਾ ਤੰਬ ਹੈ ਹਾਂਜੀ ਮੰਭਾ ਨੇ ਨਹੀਂ ਆ ਮੈਂ ਬਿਆਨ ਕੀਤੇ ਨੇ ਭਾਈ ਨੂੰ ਕਿੰਨੇ ਦੇਰ ਹੋ ਗਏ ਉਹਨੂੰ ਆਏ ਨੂੰ ਕੋਈ ਨੂੰ ਆਏ ਨੂੰ ਉਹ ਬਈ ਬਚਪਨ ਤੋਂ ਹੀ ਨੇ ਮੈਂ ਉਹਨਾਂ ਪੁਰਾਣੇ ਭਾਗੀ ਫਤ ਕੀਤਾ ਉਹ ਦੀਨ ਸਲਾਮ ਦੇ ਆਲਮ ਸਰ ਤੇ ਪਹਿਲੇ ਤੁਸੀਂ ਆਏ ਹੋ ਇੱਥੇ ਛੁੱਟੀ ਉਦੋਂ ਸਾਨੂੰ ਦੀਨ ਸਾਹਿਬ ਨੂੰ ਦੂਰੀ ਨਹੀਂ ਸਾਡੇ ਮਲੂਨ ਅੰਗਰੇਜ਼ਾਂ ਨੇ ਨਾ ਪਿਛਲੀ ਸਦੀ ਦੀ ਗੱਲ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਅੰਗਰੇਜ਼ਾਂ ਨੇ ਇੱਕ ਸਾਜ਼ਿਸ਼ ਕੀਤੀ ਮੁਸਲਮਾਨਾਂ ਦੇ ਖਿਲਾਫ ਉਹਨਾਂ ਸੋਚਿਆ ਕਿ ਮੁਸਲਮਾਨ ਬਈ ਇਹਨਾਂ ਨੂੰ ਕਿਵੇਂ ਸ਼ਿਕਸਤ ਦੀ ਜਾ ਸਕਦੀ ਹੈ ਉਹ ਜੰਗੇ ਆਜ਼ਾਦੀ 'ਚ ਨਾ ਮੁਸਲਮਾਨ ਦੀ ਹਕੂਮਤ ਵੀ ਨਹੀਂ ਉਹਨਾਂ ਫਿਰ ਵੀ ਬੜਾ ਅੰਗਰੇਜ਼ਾਂ ਲੰਮਿਆਂ ਪਾ ਲਿਆ ਸੀ ਜਹਾਦ ਦਾ ਜਜ਼ਬਾ ਸੀ ਇਹਨਾਂ ਦੇ ਕਿਵੇਂ ਸ਼ਿਕਸਤ ਦੀ ਜਾ ਸਕਦੀ ਇਹਨਾਂ ਦੇ ਮੁਕਾਬਲੇ ਕੱਢੋ ਇਹਨਾਂ ਦੇ ਦਿਲਾਂ 'ਚੋਂ ਮੁਹੱਬਤ ਖਤਮ ਕੀਤੀ ਜਾ ਅਤੇ ਦੂਸਰਾ ਇਹਨਾਂ ਦੇ ਦਿਲੋਂ ਜਹਾਦ ਦਾ ਜਿਹੜਾ ਦਰਸ ਨਾ ਇਹਨਾਂ ਦਾ ਸਲਾਮ ਦਿੰਦਾ ਉਹ ਤਬਦੀਲ ਕੀਤਾ ਜਾਏ ਉਹ ਦੋ ਮੌਜੂ ਉਹਨਾਂ ਫਿਰ ਨਾ ਕੋਈ ਕਾਣਾ ਜਿਹਾ ਹੈਗਾ ਸੀ ਇਹਨਾਂ ਦਾ ਅੰਗਰੇਜ਼ਾਂ ਕਿਤੇ ਨਾ ਉਹਨੂੰ ਆਜ਼ਾਦ ਕੀਤਾ ਆਹੋ ਬਸ ਬਾਈ ਇੱਕ ਆਮ ਜਿਹਾ ਬੰਦਾ ਸੀ ਉਹਨੂੰ ਫੜ ਕੇ ਨਾ ਕਿ ਲੈ ਵੀ ਤੈਨੂੰ ਅਸੀਂ ਬੜਾ ਕੁਛ ਦਿਆਂਗੇ ਤੇ ਤੂੰ ਨਾ ਜਿਹੜਾ ਸਮਝਦਾ ਹੋਏਗਾ ਥੋੜ੍ਹਾ ਬਹੁਤ ਆਇਆ ਜੀ ਜਿਵੇਂ ਦਿਓਬੰਦੀ ਹੁਣ ਬਾਅਦ 'ਚ ਬਣੇ ਨੇ ਅਤੇ ਉਹਦੀ ਮੈਚ 'ਚ ਉਹਦੇ ਨਾਲ ਹੀ ਲੱਗ ਗਏ ਸਨ ਦਿਓਬੰਦੀ ਜਿੰਨੇ ਵੀ ਨੇ ਭਾਬੀ ਦਿਓਬੰਦੀ ਉਹਦੇ ਨਾਲ ਹੀ ਲੱਗ ਗਏ ਸਨ ਉਹ ਕਹਿੰਦਾ ਜੀ ਉਹਨੇ ਜੀ ਕਰਤਾ ਜੀ ਨਬੂਤ ਦਾ ਦਾਵਾ ਕਹਿੰਦਾ ਜੀ ਮੈਂ ਨਬੀ ਹਾਂ ਅਸਰ ਖੁੱਲ੍ਹਾ ਮਾਰੂ ਉਹ ਕਾਫਰ ਮੁਰਤਦ ਨੇ ਕਾਣਾ ਹੈਗਾ ਸੀ ਅਤੇ ਬੜੀਆਂ ਯਾਨੀ ਕਿ ਉਹ ਕਰਦਾ ਸੀ ਜੀ ਮੈਨੂੰ ਵਹੀ ਆਉਂਦੀ ਅਤੇ ਇਹ ਆਉਂਦਾ ਹਾਂਜੀ ਅਹਿਮਦ ਨਾ ਕਿਹਾ ਯਾਰ ਕਿੱਡੇ ਤੋਂ ਉਹਦੇ ਨਾਲ ਨਾਂ ਹੈ ਅਹਿਮਦ ਹੀ ਅਸੀਂ ਹਾਂ ਅਲਹਮਦੁਲਿਲਾ ਅਸੀਂ ਮੁਸਲਮਾਨ ਅਸੀਂ ਅਹਿਮਦ ਦੀ ਆਖਰੀ ਨਬੀ ਆਪ ਸੱਲੱਲਾਹੁ ਅਲੈਹਿ ਵਸੱਲਮ ਨਾਮ ਉਹਨੇ ਰੱਖਿਆ ਜੀ ਮਿਰਜ਼ਾ ਗੁਲਾਮ ਅਹਿਮਦ ਕਾਦਿਆਨੀ ਹੈ ਕਾਦਿਆਨੀ ਕਾਦਿਆਨ ਦਾ ਰਹਿਣ ਵਾਲਾ ਹੈ ਕਾਦਿਆਨੀ ਇਹ ਨਾਮ ਲੈ ਕੇ ਮੈਂ ਜ਼ਬਾਨ ਪਲੀਤ ਕਰ ਰਿਹਾ ਆਪਣੀ ਮਰਦਈ ਕਾਫਰ ਮਰਤਦ ਸੀ ਮਲੂਨ ਬੜਾ ਨਪਾਕ ਬੰਦਾ ਸੀ ਅਤੇ ਬੜੀ ਬੁਰੀ ਮੌਤ ਮਰਿਆ ਸੀ ਮੈਂ ਮਰਦਈ ਨੂੰ ਬਹੁਤ ਬੁਰੀ ਚੀਜ਼ ਬੁਰੀ ਚੀਜ਼ ਹੈ ਹਾਂਜੀ ਇਹ ਤਾਂ ਯਹੂਦੀਆਂ ਤੋਂ ਵੀ ਬਹੁਤ ਖਤਰਨਾਕ ਨੇ ਈਸਾਈਆਂ ਦਾ ਤਾਂ ਚਲੋ ਹਿੰਦੂਆਂ ਦਾ ਇੱਕ ਉਹਨਾਂ ਦਾ ਆਪਣਾ ਮਜ਼ਹਬ ਹੈ ਇਹ ਕਾਫਰ ਬਣ ਕੇ ਇਹ ਮੁਸਲਮਾਨਾਂ ਦਾ ਦੀਨ ਖਰਾਬ ਕਰਨਾ ਅਤੇ ਉਹਨਾਂ ਫਿਰ ਨਾ ਬੜਾ ਇੰਝ ਕੀਤਾ ਜੀ ਚਰਚਾ ਕਿ ਲੋਰ ਚ ਪਿਆ ਲਲਕਾਰਦਾ ਤੁਹਾਨੂੰ ਮਰਵਾ ਦੇਣਗੇ ਨਹੀਂ ਹੋ ਸਕਦੀ ਗੈਰਤ ਦਾ ਆਜ਼ਾਦ ਕੀਤਾ ਨਾ ਉਹਨਾਂ ਉਹਨੇ ਮੁਕਾਬਲੇ 'ਚ ਆਏ ਉਹਨੂੰ ਮੁਨਾਜ਼ਰਾ ਕੀਤਾ ਕਿਤੇ ਵੀ ਨਹੀਂ ਪਹੁੰਚਿਆ ਉਹ ਮੁਨਾਜ਼ਰੇ 'ਤੇ ਮੁਕਾਬਲਾ ਸਾਹਮਣਾ ਆਮਣਾ ਸਾਹਮਣੇ ਨਹੀਂ ਕਰ ਸਕਿਆ ਉਹਨਾਂ ਨੇ ਐਸੇ ਐਸੇ ਜਵਾਬ ਉਹਨੇ ਦਿੱਤੇ ਉਹਨੂੰ ਕਿਸੇ ਗੱਲ ਦਾ ਜਵਾਬ ਨਹੀਂ ਆਇਆ ਦੇਖਦੇ ਹਾਂ ਖਲੋ ਕੇ ਉਹ ਚੈਲੇਂਜ ਕਰ ਲਿਆ ਸੀ ਉਹੀ ਮਲੂਨ ਕਿ ਜੀ ਮੇਰੇ ਮੁਕਾਬਲੇ 'ਚ ਕੋਈ ਆਏ ਫਿਰ ਪੀਰ ਜਮਾਤ ਅਲੀ ਸ਼ਾਹ ਰਹਿਮਤੁੱਲਾਹ ਤਾਲਾ ਵਾਲੇ ਉਹ ਉਹਨੇ ਮੁਕਾਬਲੇ 'ਚ ਗਏ ਉਹਨਾਂ ਫਰਮਾਇਆ ਜਾ ਕੇ